ਲਓ ਜੀ, ਪਿਛਲੇ ਹਫ਼ਤੇ ਲੋਰੀ ਖਾਬਿਆਂ ਦੇ ਬਾਰੇ ਵੀਡੀਓ ਬਣਾਉਣ ਤੋਂ ਬਾਅਦ ਹੁਣ ਇਸ ਹਫ਼ਤੇ ਮੈਨੂੰ ਵਰਜਿਸ਼ ਦੀ ਜ਼ਰੂਰਤ ਪੈ ਗਈ। ਬਹੁਤ ਸਾਰੇ ਲੋਕਾਂ ਨੇ ਪਿਛਲੀ ਵੀਡੀਓ ਦੇ ਕਮੈਂਟ 'ਚ ਇਹ ਗੱਲ ਮੈਂਸ਼ਨ ਕੀਤੀ ਕਿ ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਖੁਰਾਕ ਅਤੇ ਜ਼ਬਾਨ ਇੱਕੋ ਜਿਹੀ ਹੈ, ਜਿਹੜੀ ਕਾਫ਼ੀ ਹੱਦ ਤੱਕ ਠੀਕ ਗੱਲ ਹੈ। ਲੇਕਿਨ ਜੇ ਅਸੀਂ ਜ਼ਬਾਨ ਦੇ ਬਾਰੇ ਗੱਲ ਕਰੀਏ ਤਾਂ ਜਿਹੜਾ ਮੇਜਰ ਡਿਫਰੈਂਸ ਹੈ ਉਹ ਪੰਜਾਬੀ ਸਕ੍ਰਿਪਟ ਯਾਨੀ ਲਿਖਾਈ ਦਾ ਹੈ। ਇਸ ਟੋਪਿਕ ਨੂੰ ਫਰਦਰ ਐਕਸਪਲੋਰ ਕਰਨ ਲਈ ਮੈਂ ਕੁਛ ਐਕਸਪਰਟਸ ਨਾਲ ਗੱਲ ਕੀਤੀ ਅਤੇ ਉਹ ਚੱਲ ਕੇ ਵੇਖਦੇ ਹਾਂ ਕਿ ਉਹਨਾਂ ਦਾ ਇਸ ਬਾਰੇ 'ਚ ਕੀ ਖਿਆਲ ਹੈ। ਦੇਖੋ, ਸ਼ਾਹਮੁਖੀ ਜਿਹੜਾ ਸਕ੍ਰਿਪਟ ਹੈਗਾ ਉਹ ਤਾਂ ਬੇਸਿਕਲੀ ਅਰੇਬਿਕ ਸਕ੍ਰਿਪਟ ਹੈਗਾ, ਔਰ ਗੁਰਮੁਖੀ ਜਿਹੜੀ ਹੈ ਉਹ ਡਿਵੈਲਪ ਹੀ ਸ਼ੁਰੂ ਤੋਂ 500 ਸਾਲ ਤੋਂ ਹੋਈ ਹੈ ਸਾਡੀਆਂ ਆਵਾਜ਼ਾਂ ਸਾਡੀ ਬੋਲੀ ਲਈ, ਪੰਜਾਬੀ ਲਈ। ਔਰ ਮੇਰਾ ਖਿਆਲ ਹੈ ਕਿ ਜ਼ਿਆਦਾ ਪਾਪੂਲਰ ਜਿਹੜਾ ਹੈ ਉਹ ਸ਼ਾਹਮੁਖੀ ਸਕ੍ਰਿਪਟ ਹੀ ਸੀ, ਕਿਉਂਕਿ ਅੰਗਰੇਜ਼ਾਂ ਨੇ ਵੀ ਉਰਦੂ ਹੀ ਰਾਇਜ ਕੀਤੀ ਇੱਥੇ ਪੰਜਾਬ ਵਿੱਚ, ਪੰਜਾਬੀ ਨਹੀਂ ਕੀਤੀ। ਅੰਗਰੇਜ਼ ਦੀ ਪਾਲਿਸੀ ਹੁੰਦੀ ਸੀ ਕਿ ਮੁਖਤਲਿਫ ਤਬਕਿਆਂ, ਮੁਖਤਲਿਫ ਜਿਹੜੇ ਗਰੁੱਪਸ ਹਨ, ਕਮਿਊਨਿਟੀਜ਼ ਸਨ, ਇਹਨਾਂ ਨੂੰ ਆਪਣੇ ਆਪਣੇ ਮਜ਼ਹਬ ਵਿੱਚ ਜਾਂਚਿਆ ਜਾਏ, ਰੱਖਿਆ ਜਾਏ। ਉਹਦੇ ਵਿੱਚ ਪੰਜਾਬੀਆਂ ਨਾਲ ਬੜਾ ਹੱਥ ਹੋ ਗਿਆ। ਸਾਡੇ ਇੱਥੇ ਜਿਹੜਾ ਜਦੋਂ ਉਹਨੂੰ ਪ੍ਰਮੋਟ ਕੀਤਾ ਗਿਆ ਸ਼ਾਮ ਗੁਰਮੁਖੀ ਨੂੰ, ਤਾਂ ਉਸ ਤਰੀਕੇ ਦੇ ਨਾਲ ਨਹੀਂ ਚੱਲੀ। ਉਹਦੀ ਬੁਨਿਆਦੀ ਵਜ੍ਹਾ ਇਹ ਸੀ ਕਿ ਇੱਥੋਂ ਦੇ ਲੋਕਾਂ ਨੇ ਸਮਝਿਆ ਕਿ ਸ਼ਾਇਦ ਸਿੱਖ ਜਿਹੜੇ ਨੇ ਉਹਨਾਂ ਦੀ ਪ੍ਰਮੋਸ਼ਨ ਹੈ ਜਾਂ ਉਸ ਤਰੀਕੇ ਦੇ ਨਾਲ। ਹਾਲਾਂਕਿ ਸੌਤੀ ਇਤਬਾਰ ਦੇ ਨਾਲ ਇਹ ਸਕ੍ਰਿਪਟ ਬਹੁਤ ਬਿਹਤਰ ਹੈ। ਇਹ ਕੀ ਗੱਲ ਹੈ ਕਿ ਮੈਂ ਉਹੀ ਗੱਲ ਹੈ ਕਿ ਸੱਤ ਸਮੁੰਦਰ ਪਾਰ ਅੰਗਰੇਜ਼ੀ ਦਾ ਸਕ੍ਰਿਪਟ ਮੈਨੂੰ ਆਉਂਦਾ ਅਤੇ ਆਪਣੀ ਹੀ ਮਾਂ ਬੋਲੀ ਦਾ ਜਿਹੜਾ ਨਾਲ ਹੀ ਹਮਸਾਏ ਮੁਲਕ 'ਚ ਚੱਲਦਾ ਉਹ ਸਕ੍ਰਿਪਟ ਨਹੀਂ ਆਉਂਦਾ ਪੰਜਾਬੀ ਸਪੀਕਰ ਲਈ। ਉਹਦੇ ਕੋਲ ਸਾਰੀ ਵੋਕੈਬਲਰੀ ਵੀ ਮੌਜੂਦ ਹੈ, ਉਹਨੂੰ ਸਾਰੇ ਗ੍ਰੈਮਰ ਦੇ ਅਸੂਲ ਵੀ ਆਉਂਦੇ ਨੇ, ਅੱਖਰ ਪਛਾਣਨੇ ਨੇ ਗੁਰਮੁਖੀ ਦੇ, ਔਰ ਉਹ ਗੁਰਮੁਖੀ ਵੀ ਹੋ ਜਾਏਗਾ ਰਵਾਂ। ਐਸੀ ਤਰ੍ਹਾਂ ਗੁਰਮੁਖੀ ਵਾਲੇ ਪੰਜਾਬੀ ਜਿਹੜੇ ਹੈਗੇ ਨੇ ਉਹਨੇ ਅਲਿਫ ਬੇਪੇ ਦੇ ਅੱਖਰ ਪਛਾਣਨੇ ਨੇ ਔਰ ਬਸ ਉਹ ਇੱਥੇ ਰਵਾਂ ਹੋ ਜਾਏਗਾ। ਅਤੇ ਇਹ ਇੰਟਰਚੇਂਜ ਕਰਨਾ ਕੋਈ ਇੰਨਾ ਔਖਾ ਕੰਮ ਨਹੀਂ ਹੈਗਾ। ਕੱਕਾ, ਖੱਖਾ, ਗੱਗਾ, ਘੱਗਾ, ਗਾਂਗਾ, ਇਹ ਸਾਰੇ ਉਹ ਲਫ਼ਜ਼ ਨੇ ਜਿਹੜੇ ਤੁਹਾਡੇ ਹਲਕ 'ਚੋਂ ਨਿਕਲਦੇ ਨੇ। ਚੱਚਾ, ਛੱਛਾ, ਜੱਜਾ, ਜੱਜਾ, ਆਇਆ, ਇਹ ਸਾਰੇ ਉਹ ਲਫ਼ਜ਼ ਨੇ ਜਿਹੜੇ ਜ਼ੁਬਾਨ ਨੂੰ ਤਾਲੂ ਦੇ ਨਾਲ ਸੈਂਟਰ 'ਚ ਜੋੜ ਕੇ ਬਣਦੇ ਨੇ। ਇਹ ਲਿਪੀ ਉਹਨਾਂ ਨੇ ਬਣਾਈ ਹੈ ਖਾਲਿਸਤਨ ਫੋਨੈਟਿਕ ਬੇਸ। ਜਿਹੜਾ ਵੱਡਾ ਫਰਕ ਹੈ ਸ਼ਾਹਮੁਖੀ ਔਰ ਗੁਰਮੁਖੀ ਦਾ ਉਹ ਇਹ ਹੈ ਕਿ ਸਾਨੂੰ ਇੱਕ ਐਸੇ ਰਸਮ ਖਾਤ ਦੀ ਜ਼ਰੂਰਤ ਸੀ, ਸ਼ਾਇਦ ਸਾਡਾ ਮਿਜ਼ਾਜ ਇਸ ਖਿੱਤੇ ਦਾ ਇਹੋ ਜਿਹਾ ਕਿ ਅਸੀਂ ਫੋਨੈਟਿਕ ਬੇਸ ਹਾਂ। ਤਲਫਜ਼ ਦੇ ਲਿਹਾਜ਼ ਨਾਲ, ਬੋਲਣ ਦੇ ਲਿਹਾਜ਼ ਨਾਲ ਮੇਰੇ ਖਿਆਲ ਵਿੱਚ ਗੁਰਮੁਖੀ ਜਿਹੜਾ ਹੈ ਉਹ ਜ਼ਿਆਦਾ ਸੂਟੇਬਲ ਹੈ। ਉਹਦੇ ਵਿੱਚ ਐਸੇ ਅੱਖਰ ਨੇ, ਜਿਹੜੇ ਲੈਟਰਸ ਨੇ ਗੁਰਮੁਖੀ ਦੇ, ਉਹ ਜ਼ਿਆਦਾ ਜਚਦੇ ਨੇ। ਲੇਕਿਨ ਇਹ ਸਾਡਾ ਇੰਨਾ ਮਵਾਦ, ਇੰਨਾ ਅਦਬ ਜਿਹੜਾ ਹੈ ਉਹ ਸ਼ਾਹਮੁਖੀ ਵਿੱਚ ਮੌਜੂਦ ਸੀ ਪਹਿਲੇ ਤੋਂ, ਜਿਸਨੂੰ ਐਕਚੁਲੀ ਗ੍ਰੰਥ ਸਾਹਿਬ ਵਿੱਚ ਵੀ ਰਲਾਇਆ ਗਿਆ ਹੈ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਬਾਬਾ ਫਰੀਦ ਦੀਆਂ, ਗੰਨ ਸ਼ੱਕਰ ਦੀਆਂ, ਉਹ ਗ੍ਰੰਥ ਵਿੱਚ ਵੀ ਮੌਜੂਦ। ਜਿਹੜੇ ਸਾਡੇ ਕਲਾਸਿਕਸ ਪੋਇਟ ਨੇ ਉਹ ਜ਼ਿਆਦਾਤਰ ਉਹ ਲੋਕ ਸਨ ਜਿਹੜੇ ਅਰਬੀ ਫਾਰਸੀ ਪੜ੍ਹੇ ਹੋਏ ਸਨ। ਸੋ ਇੱਕ ਤਾਂ ਸ਼ਾਇਦ ਵਜ੍ਹਾ ਇਹ ਸੀ ਕਿ ਉਹ ਲੋਕਾਂ ਨੇ ਆਪਣੇ ਸਕ੍ਰਿਪਟ ਜਿਹੜੇ ਆਪਣੇ ਮੁਸਵਦਾਤ ਲਿਖੇ ਉਹ ਲਿਖੇ ਹੀ ਸ਼ਾਹਮੁਖੀ 'ਚ। ਮੈਂ ਕਹਿੰਦਾ ਦੋਏ ਸਕ੍ਰਿਪਟ ਨਾਲ ਨਾਲ ਚੱਲ ਸਕਦੇ ਨੇ। ਹੁਣ ਤਾਂ ਸਾਡੇ ਕੋਲ ਇੰਨੀ ਟੈਕਨੋਲੋਜੀ ਆ ਗਈ ਹੈ ਕਿ ਅਸੀਂ ਇੱਕ ਸਕ੍ਰਿਪਟ ਨੂੰ ਸਕੈਨ ਕਰੀਏ, ਉਹ ਸਾਰਾ ਦਾ ਸਾਰਾ ਦੂਜੇ ਸਕ੍ਰਿਪਟ 'ਚ ਲੈ ਕੇ ਆ ਜਾਏਗਾ। ਪਟਿਆਲਾ ਯੂਨੀਵਰਸਿਟੀ ਹੈਗੀ ਹੈ ਇੰਡੀਅਨ ਪੰਜਾਬ ਦੀ, ਉਹਨਾਂ ਨੇ ਇੱਕ ਬਹੁਤ ਅੱਛਾ ਸੋਫਟਵੇਅਰ ਬਣਾਇਆ ਹੈ ਜਿਹੜਾ ਕਿ ਫਰੀ ਇੰਟਰਨੈਟ 'ਤੇ ਮੌਜੂਦ ਹੈ। ਤੁਸੀਂ ਗੁਰਮੁਖੀ ਪਾਓ ਸ਼ਾਹਮੁਖੀ ਕਰ ਦੇਗਾ, ਸ਼ਾਹਮੁਖੀ ਪਾਓ ਗੁਰਮੁਖੀ ਕਰ ਦੇਗਾ, ਔਰ ਉਹ ਤਕਰੀਬਨ 90% ਸਹੀ ਕਰ ਦਿੰਦਾ, ਛੋਟੀ ਮੋਟੀ ਗਲਤੀ ਰਹਿ ਜਾਂਦੀ ਹੈ ਔਰ ਤੁਸੀਂ ਪੜ੍ਹ ਕੇ ਠੀਕ ਕਰ ਸਕਦੇ ਹੋ। ਲੇਕਿਨ ਹੁਣ ਸਿਚੁਏਸ਼ਨ ਐਸੀ ਆਈ ਹੈ ਕਿ ਇਹ ਵਾਕਈ ਸਾਡੇ ਵਿੱਚ ਇੱਕ ਉਹ ਵੰਡ ਵਿਦ ਡਿਸਟੈਂਸ ਆ ਗਿਆ। ਪੰਜਾਬੀ ਜਿਹੜੀ ਸੀ ਸਾਡੀ, ਉਹਦੇ ਵਿੱਚ ਇਹਨਾਂ ਰਾਜ ਕੇ ਨਾ ਫਾਰਸੀ ਅਤੇ ਅਰਬੀ ਅਤੇ ਉਰਦੂ ਉਹ ਪਾਉਣਾ ਸ਼ੁਰੂ ਕਰ ਦਿੱਤਾ। ਚੜ੍ਹਦੇ ਦੀ ਜਿਹੜੀ ਪੰਜਾਬੀ ਸੀ ਉਹਦੇ ਵਿੱਚ ਉਹਨਾਂ ਦਬਾ ਕੇ ਸੰਸਕ੍ਰਿਤ ਦਾ ਜਿਹੜਾ ਇਸਤੇਮਾਲ ਕਰਨਾ ਸ਼ੁਰੂ ਕਰ ਦਿੱਤਾ। ਅਤੇ ਅਗਰ ਅਸੀਂ ਬੈਲੈਂਸ ਨਹੀਂ ਕਰਾਂਗੇ ਤਾਂ ਉਹ ਬਹੁਤ ਜ਼ਿਆਦਾ ਫਰਕ ਕੁਛ ਸਾਲਾਂ 'ਚ ਜਾਂ ਇੱਕ ਦੋ ਦਹਾਈਆਂ 'ਚ, ਉਹ ਜਿਸ ਤਰ੍ਹਾਂ ਸਕ੍ਰਿਪਟ ਅਸੀਂ ਪੜ੍ਹਨ ਜੋਗੇ ਨਹੀਂ ਰਹੇ, ਅਸੀਂ ਸ਼ਾਇਦ ਗੱਲਬਾਤ ਕਰਨ ਜੋਗੇ ਵੀ ਨਹੀਂ ਰਹਿ ਜਾਵਾਂਗੇ, ਇੰਨਾ ਜ਼ਿਆਦਾ ਫਰਕ ਹੋ ਜਾਏਗਾ।